ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਤੇ ਮੈਂ ਹਾਂ ਸੁਖਵਿੰਦਰ ਤੁਸੀਂ ਦੇਖ ਰਹੇ ਹੋ ਐਗਰੀਕਲਚਰ ਇੰਡੀਆ ਸੋ ਕਿਸਾਨ ਵੀਰੋ ਗੱਲ ਕਰਾਂਗੇ ਕਣਕ ਦੀ ਫਸਲ ਬਾਰੇ ਸੋ ਤੁਹਾਨੂੰ ਲਾਈਵ ਰਿਪੋਰਟ ਦਿਖਾਵਾਂਗੇ ਰਿਜ਼ਲਟ ਦਿਖਾਵਾਂਗੇ ਜਿਸ ਦਾ ਛੜਕਾ ਕੀਤਾ ਗਿਆ ਜੋ ਫਰਟੀਲਾਈਜ਼ਰ ਪਾਏਗੇ ਉਸ ਦਾ ਰਿਜ਼ਲਟ ਤੁਹਾਨੂੰ ਦਿਖਾਵਾਂਗੇ ਸੋ ਕਿਸਾਨ ਵੀਰੋ ਅਸੀਂ ਤੁਹਾਡੇ ਤੱਕ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਜਿਸ ਨਾਲ ਚੰਗੀ ਪੈਦਾਵਾਰ ਕਿਸਾਨਾਂ ਨੂੰ ਮਿਲੇ ਚੰਗਾ ਮੁਨਾਫਾ ਹੋਵੇ ਸੋ ਇਸ ਟੌਪਿਕ ਤੇ ਆਪਾਂ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਨੇ ਆ ਸੋ ਅੱਜ ਵੀ ਤੁਹਾਨੂੰ ਇਹੀ ਜਾਣਕਾਰੀ ਦੇਵਾਂਗੇ ਕਿ ਜਿਸ ਦਾ ਛੜਕਾ ਕੀਤਾ ਗਿਆ ਉਸ ਦਾ ਕਿੰਨਾ ਕੁ ਰਿਜ਼ਲਟ ਮਿਲਿਆ ਇਹ ਤੁਹਾਨੂੰ ਲਾਈਵ ਦਿਖਾਵਾਂਗੇ ਸੋ ਕਿਸਾਨ ਵੀਰੋ ਆ ਤੁਹਾਨੂੰ ਬਾਲੀਆਂ ਲਾਈਵ ਦਿਖਾ ਰਹੇ ਹਾਂ ਇਸ ਦੀਆਂ ਜੋ ਮੁੰਜਰਾ ਨੇ ਲੰਬੀਆਂ ਲੰਬੀਆਂ ਮੁੰਜਰਾ ਸੋ ਹੁਣ ਤੁਹਾਨੂੰ ਇਸ ਦੇ ਜੋ ਕਣਕ ਦੇ ਕੱਲੇ ਆ ਇਹ ਸੀ ਤੁਹਾਨੂੰ ਗਿਣਤੀ ਕਰਕੇ ਦਿਖਾਵਾਂਗੇ ਕਿੰਨੇ ਆ ਉਸ ਤੋਂ ਬਾਅਦ ਤੁਹਾਨੂੰ ਦੂਸਰਾ ਦਿਖਾਵਾਂਗੇ ਜਿਸ ਨੂੰ ਛੜਕਾ ਨਹੀਂ ਕੀਤਾ ਗਿਆ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਸੋ ਪਹਿਲੀ ਵਾਰ ਜਿਹੜੇ ਨਵੇਂ ਕਿਸਾਨ ਚੈਨਲ ਤੇ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਜੋ ਅੱਗੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓ ਸਭ ਤੋਂ ਪਹਿਲਾਂ ਇਸ ਚੈਨਲ ਤੇ ਮਿਲਦੀ ਜਾ ਰਹਿਣ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੋ ਕਿਸਾਨ ਵੀਰੋ ਹੁਣ ਤੁਹਾਨੂੰ ਇਸ ਦੀ ਗਿਣਤੀ ਕਰਕੇ ਦਿਖਾਵਾਂਗੇ ਇਸ ਦਾ ਨਾੜ ਤੁਹਾਨੂੰ ਸਾਫ਼ ਦਿਖੀ ਰਿਹਾ ਕਿਸਨਾ ਮੋਟਾ ਅਤੇ ਇਸ ਦੇ ਜੋ ਕੱਲੇ ਨੇ ਇਹਨਾਂ ਦੀ ਸੰਖਿਆ ਕਿੰਨੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਸੋ 1 2 3 4 5 6 7 8 9 10 11 12 13 14 15 16 17 18 19 20 21 22 ਸੋ 22 ਇਸ ਦੇ ਜੋ ਕੱਲਿਆਂ ਦੀ ਸੰਖਿਆ ਹੈ 나ੜ ਮੋਟਾ ਹੈ ਛਟਾ ਲੰਬਾ ਹੈ ਸੋ ਇਸ ਨੂੰ ਜੋ ਪਾਇਆ ਗਿਆ ਉਸ ਬਾਰੇ ਵੀ ਤੁਹਾਨੂੰ ਅੱਗੇ ਹੁਣ ਦੱਸਦੇ ਹਾਂ ਸੋ ਕਿਸਾਨ ਵੀਰੋ ਜਦੋਂ ਕਣਕ ਦੀ ਫਸਲ ਦੂਸਰੀ ਸਟੇਜ ਵਿੱਚ ਹੁੰਦੀ ਹੈ ਉਸ ਸਮੇਂ ਆਪਾਂ ਜੋ ਛੜਕਾ ਕਰਨਾ ਹੈ ਐਗਰੀ ਹਿਊਮਿਕ ਵਸਟੇਜ ਕੰਪਨੀ ਦੁਆਰਾ ਰਿਲੀਜ਼ ਕੀਤਾ ਗਿਆ ਪ੍ਰੋਡਕਟ ਦੂਜੇ ਪਾਸੇ ਐਗਰੀ 82 ਇਹਨਾਂ ਦਾ ਛੜਕਾ ਕਰਨਾ ਹੈ ਸੋ ਐਗਰੀ ਹਿਊਮਿਕ ਟੀ ਐਮ ਐਲ 15 ਲੀਟਰ ਪਾਣੀ ਵਿੱਚ ਸੋ ਦੂਜੇ ਪਾਸੇ ਐਗਰੀ 82 10 ਐਮ ਐਲ ਸੋ ਇਹਨਾਂ ਦਾ ਛੜਕਾ ਕਰਨਾ ਹੈ ਦੂਸਰੀ ਸਟੇਜ ਵਿੱਚ ਜਦੋਂ ਕਣਕ ਹੁੰਦੀ ਹੈ ਗਰੋਥ ਅਵਸਥਾ ਵਿੱਚ ਉਸ ਸਮੇਂ ਛੜਕਾ ਕਰਨਾ ਹੈ ਅਤੇ ਤੀਸਰੀ ਸਟੇਜ ਵਿੱਚ ਜਦੋਂ ਕਣਕ ਦੀਆਂ ਬਾਲੀਆਂ ਨਿਕਲਣੀਆਂ ਸ਼ੁਰੂ ਹੁੰਦੀਆਂ ਨੇ ਜਾਂ ਉਸ ਤੋਂ ਪਹਿਲਾਂ ਆਪਾਂ ਛਿੜਕਾਅ ਕਰਨਾ ਹੈ ਜਾਂ ਉਸ ਸਮੇਂ ਛਿੜਕਾਅ ਕਰ ਸਕਦੇ ਆ ਜਦੋਂ ਕਣਕ ਦੀ ਫਸਲ ਗੋਭ ਅਵਸਥਾ ਵਿੱਚ ਹੁੰਦੀ ਏ ਸੋ ਹੁਣ ਅਸੀਂ ਤੁਹਾਨੂੰ ਦਿਖਾਣੇ ਆ ਦੂਜੀ ਕਣਕ ਜਿਸ ਨੂੰ ਇਸ ਦਾ ਛਿੜਕਾਅ ਨਹੀਂ ਹੁਣ ਤੁਹਾਨੂੰ ਦਿਖਾ ਰਹੇ ਆ ਜਿਸ ਨੂੰ ਉਸ ਦਾ ਛਿੜਕਾਅ ਨਹੀਂ ਕੀਤਾ ਗਿਆ ਸੋ ਹੁਣ ਤੁਹਾਨੂੰ ਆ ਬੂਟਿਆਂ ਦੀ ਸੰਖਿਆ ਦਿਖਾਵਾਂਗੇ ਇਸ ਦੇ ਜੋ ਕੰਨਿਆਂ ਦੀ ਸੰਖਿਆ ਸੋ 1 2 3 4 5 6 7 8 9 10 11 12 ਸੋ 12 ਦੂਸਰੇ ਪਾਸੇ 22 ਸੋ ਇੱਕ ਹੋਰ ਆਪਾਂ ਦਿਖਾਣੇ ਆ ਤੁਹਾਨੂੰ ਆ ਦੇਖੋ ਇਸ ਦੀ ਸੰਖਿਆ ਆਪਾਂ ਗਿਣ ਕੇ ਤੁਹਾਨੂੰ ਦੁਕਾਣੇ ਆ 1 2 3 4 5 6 7 ਸੋ 7 ਸੋ ਤੁਹਾਨੂੰ ਫਰਕ ਸਾਫ਼ ਹੀ ਦਿਖ ਰਿਹਾ ਉਸ ਪਾਸੇ ਇੱਕ ਪਾਸੇ 22 ਸੋ ਇਸ ਵਿੱਚ ਛੜਕਾ ਨਹੀਂ ਕੀਤਾ ਗਿਆ ਇਸ ਵਿੱਚ 8 ਕਿਸੇ ਵਿੱਚ 10 ਸੋ ਡਬਲ ਸੋ ਇਹਨਾਂ ਰਿਜ਼ਲਟ ਤੁਹਾਨੂੰ ਲਾਈਵ ਦਿਖਾ ਰਹੇ ਆ ਸੋ ਇਹਨਾਂ ਫਰਕਾ ਜਿਸ ਨੂੰ ਉਸ ਤੇ ਛਿੜਕਾ ਕੀਤਾ ਗਿਆ ਜਿਸ ਖੇਤ ਨੂੰ ਜਿਸ ਨੂੰ ਨਹੀਂ ਕੀਤਾ ਗਿਆ ਉਸ ਵਿੱਚ ਸੋ ਇਸ ਤੋਂ ਕਿਸਾਨ ਵੀਰ ਅੰਦਾਜ਼ਾ ਲਗਾ ਸਕਦੇ ਨੇ ਕਿ ਝਾੜ ਵਿੱਚ ਕਿੰਨਾ ਵਾਧਾ ਹੋਵੇਗਾ ਸੋ ਹੁਣ ਚੱਲਦੇ ਆ ਆਪਣੇ ਖੇਤ ਵਿੱਚ ਕਿਸਾਨ ਵੀਰ ਵਾਪਸ ਆਪਾਂ ਹੁਣ ਖੇਤ ਵਿੱਚ ਆ ਗਏ ਆ ਸੋ ਕਿਸਾਨ ਵੀਰੋ ਸਾਡੀ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਕਿ ਕਿਸੇ ਪ੍ਰੋਡਕਟ ਦਾ ਪ੍ਰੋਮੋਸ਼ਨ ਕਰਨਾ ਜਾਂ ਉਸ ਦੀ ਮਸ਼ੂਰੀ ਕਰਨਾ ਸੋ ਕਿਸਾਨ ਅਸਲ ਤੁਹਾਡੇ ਤੱਕ ਉਹ ਜਾਣਕਾਰੀ ਲੈ ਕੇ ਆਉਣੇ ਆ ਜਿਸ ਨੂੰ ਕਿਸਾਨਾਂ ਨੂੰ ਜਿਸ ਦਾ ਫਾਇਦਾ ਮਿਲੇ ਸੋ ਮੁਨਾਫਾ ਹੋਵੇ ਸੋ ਸਾਡਾ ਮਕਸਦ ਹੈ ਕਿਸਾਨਾਂ ਦੀ ਇਨਕਮ ਨੂੰ ਵਧਾਉਣਾ ਸੋ ਕਿਸਾਨ ਵੀਰੋ ਜੇ ਤੁਸੀਂ ਵੀ ਇਹਨਾਂ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਸੋ ਜਾਂ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ ਇਹ ਪ੍ਰੋਡਕਟ ਤੁਹਾਡੇ ਤੱਕ ਪਹੁੰਚਾਉਣ ਤੱਕ ਅਸੀਂ ਤੁਹਾਡੀ ਮਦਦ ਕਰਾਂਗੇ ਸੋ ਕਿਸਾਨ ਵੀਰੋ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਹਮੇਸ਼ਾ ਦੀ ਤਰ੍ਹਾਂ ਇਸ ਤਰ੍ਹਾਂ ਦੀ ਵੀਡੀਓ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਅੱਜ ਦੀ ਵੀਡੀਓ ਲਈ ਇੰਨਾ ਹੀ ਸੋ ਧੰਨਵਾਦ